बिस्मिल्लाहिर्रहमानिर्रहीम, अस्सलाम वालेकुम। सारे घर भाई अल्लाह पाक खुश रखे, आबाद रखे। चैनल सब्सक्राइब नहीं किया तो मेरा अली ब्लॉग जेनू कर लियो ताकि हर वीडियो पर वक्त थे मिल सके। अच्छा जी, असर की अजान कुछ हो गई वा, कुछ चली रही वा, तो मतलब नाल दे आस पास गाँव छो गई, साढ़े गाँव ना थोड़ी लेट होंगी है दो तीन मिनट, तो वह हले नहीं हुई होंगी है, तो असर की नमाज़ पढ़ते हैं, इस करके मैं सिर तू कैप उतार दी है ना, मत्था निका हुआ हों, पानी ठंडा हों वा, तो फिर ना ਹੁੰਦਾ ਵਾ ਸਿਰ ਠੰਡਾ ਠੰਡਾ ਹੋ ਜਾਂਦਾ, ਫਿਰ ਸਿਰ ਦਰਦ ਹੁੰਦੀ ਆ। ਅਤੇ ਇਹ ਵਾਲੇ ਜਿਹੜੇ ਬਰਤਨ ਹੈ ਨਾ, ਇਹ ਕੱਲ੍ਹ ਮਹਿਮਾਨ ਆਏ ਸੀ ਅਤੇ ਨਿਕਾਲੇ ਸੀਗੇ ਕੁਛ, ਇਹ ਨਾ ਰੱਖਣੇ ਖੁਸ਼ਕ ਹੋਏ ਰਾਤੇ ਦੇ, ਅਤੇ ਬੁਰੇ ਲੱਗਦੇ ਪਾਰ ਪਏ, ਮੈਂ ਅੰਦਰ ਰੱਖ ਕੇ ਆਉਂਦੀ ਹਾਂ, ਅਤੇ ਇਹਨੂੰ ਨਾ ਸੁੱਕ 'ਚ ਅਲਮਾਰੀ 'ਚ ਰੱਖਦੀ ਹਾਂ। ਲਾਈਟ ਗਈ ਸੀ, ਹੁਣੇ ਆਈ ਆ ਮੌਸਮ ਜੀ, ਸੂਰਜ ਮਾੜਾ ਜਿਹਾ ਨਿਕਲਿਆ ਸੀ, ਫਿਰ ਬੱਦਲ ਦੇ ਵਿੱਚ ਵੜ ਗਿਆ, ਦੇਖੋ ਫਿਰ ਬੱਦਲ ਦੇ ਵਿੱਚ ਵੜ ਗਿਆ, ਅਤੇ ਗਰਮੀ ਬਹੁਤ ਜ਼ਿਆਦਾ, ਧੁੱਪ ਠੰਡ ਬਹੁਤ ਜ਼ਿਆਦਾ, ਗਰਮੀ ਬਹੁਤ ਜ਼ਿਆਦਾ, ਮੈਂ ਕਹਿ ਰਹੀ ਹਾਂ, ਦੇਖੋ ਨਾ ਮੇਰਾ ਵੀ ਦਿਮਾਗ ਪਾਗਲ ਹੋਇਆ ਹੋਇਆ। ਅਤੇ ਇਹ ਵਾਲੇ ਨਾ ਬਰਤਨ ਹੁਣ ਮੈਂ ਨਾ ਚੁੱਕ ਕੇ ਨਾ ਅਤੇ ਅੰਦਰ ਰੱਖ ਕੇ ਆਵਾਂ, ਕਿਉਂਕਿ ਇੱਥੇ ਨਹੀਂ ਚੰਗੇ ਲੱਗਣ ਦੇ, ਪੈ ਸੁੱਕ ਗਏ ਅਤੇ ਤਰੇਲ ਫਿਰ ਪੈਣੀ ਆ। ਅੱਛਾ ਜੀ, ਮੈਂ ਨਾ ਬਰਤਨ ਇੱਥੇ ਅੰਦਰ ਲਿਆ ਕੇ ਰੱਖ ਲਏ ਆ, ਕਿਉਂਕਿ ਸੁਬਹਾ ਅੰਮੀ ਜੀ ਉਹਨਾਂ ਨੇ ਆਉਣਾ ਵਾ, ਮੈਂ ਕਿਹਾ ਫਿਰ ਸਿਉਂ ਕੇ ਝੁਲਕਾਲੇ ਪੈਣੇ ਅਤੇ ਇੱਥੇ ਰੱਖ ਦਿੰਦੀ ਅੰਦਰ। ਅੱਛਾ ਜੀ, ਮੈਂ ਜਾ ਰਹੀ ਹਾਂ ਅੰਮਾ ਜੀ ਉਹਨਾਂ ਦੇ, ਅਤੇ ਅਲੀ ਨਹੀਂ ਗਏ ਕਿਉਂਕਿ ਚੁੱਲ੍ਹਾ ਫਿੱਟ ਕਰ ਰਹੇ ਸੀ ਬਾਈ, ਅਤੇ ਇਸ ਕਰਕੇ ਇੱਧਰ ਦੇਖੋ ਕਿੱਡੇ ਖੂਬਸੂਰਤ ਬੰਗਲੇ ਬਾਈ, ਵਪਾਰ ਨੇ ਪਾਣੀ ਲਾਇਆ ਹੋਇਆ ਵਾ, ਹੈ ਨਾ, ਥੋੜ੍ਹੇ ਛਾਪਰ ਸੀ ਅੱਗ ਜਲਾਉਣ ਵਾਸਤੇ, ਅਤੇ ਮੈਂ ਕਿਹਾ ਚਲੋ ਮੈਂ ਨਾ ਅਮਾ ਜੀ ਉਹਨਾਂ ਨੂੰ ਦੇ ਕੇ ਆਉਂਦੀ ਹਾਂ। ਅਮਾ ਜੀ ਹੁਣੀ ਕੱਲ੍ਹ ਮੈਂ ਚਾਹ ਬਣਾਈ ਤੀ, ਅਮਾ ਜੀ ਕਹਿੰਦੇ ਸੀ ਅੱਧਾ ਛਾਪਰ ਲਾਉਣਾ, ਜ਼ਿਆਦਾ ਨਹੀਂ ਲਾਉਣਾ, ਮੈਂ ਕਿਹਾ ਅਮਾ ਜੀ ਚਲੋ ਠੀਕ ਆ। ਮੇਰੇ ਹੱਥ ਵਿੱਚ ਇਹਦੇ ਲਈ ਕਣਕ ਵੀ ਭਰ ਦਿੱਤੀ ਹੋਈ ਆ, ਇਹ ਜੀ ਹੁੰਦੇ ਪਾਲਕ ਕੰਡਾ, ਇਹਦੀ ਸਪਰੇਅ ਕਰੀਦੀ ਆ ਥੋੜ੍ਹੀ ਦੇਰ ਬਸ, ਅਮਾ ਜੀ ਉਹਨਾਂ ਦੇ ਰੁਕੋਂਗੇ। ਇੱਧਰ ਲਈ ਕਣਕ ਵੀ ਹਮਸਾਇਆ ਨੇ ਭਰੀ ਆ, ਅਤੇ ਕਣਕ ਵਿੱਚੋਂ ਨਾ ਪਰਿੰਦੇ ਦੇਖੋ ਕੁਛ ਚੁੱਕਣ ਡੇ ਆ, ਇੱਧਰ ਲਈ ਹਮਸਾਇਆ ਨੇ ਚਕੋਰਾਂ ਰੱਖੀਆਂ ਹੋਈਆਂ, ਕਬੂਤਰ ਵੀ ਰੱਖੇ, ਚਕੋਰਾਂ ਵੀ ਰੱਖੀਆਂ ਵਾ। ਬਾਜੀ ਕਮਰ ਉਹਨਾਂ ਦੀ ਵਾਰੀ ਹੁਣ, ਅਤੇ ਉਹ ਜਿਹੜਾ ਨਾ ਲੱਗਣ ਡੇ ਪਾਣੀ, ਹਾਂ ਕਰੋ ਕਰੋ ਅਮਾ ਜੀ ਦਾ ਬਨੇਰਾ ਗੰਦਾ ਕਰੋ। ਬਾਜੀ ਪੈਪ ਫਰ ਕੇ ਲੱਗੇ, ਕਿੰਨੇ ਸੋਹਣੇ ਨਿੰਬੂ, ਧੁੱਪ ਹੋਵੇ ਤਾਂ ਬੰਦਾ ਸ਼ਿਕੰਜੀ ਵੀ ਕਰਕੇ ਪੀਵੇ, ਕੋਈ ਨਿੰਬੂ ਲੱਗੇ ਹੋਏ ਬਾਜੀ ਦੇ ਬੂਟੇ ਨੂੰ ਜੀ। ਮੈਂ ਹੁਣ ਜਾ ਰਹੀ ਹਾਂ ਘਰ ਵਾਪਸੀ, ਥੋੜ੍ਹੀ ਦੇਰ ਹੀ ਬੈਠੀ ਅਮਾ ਜੀ, ਕੋਈ ਛਾਪਰ ਦੇਖ ਕੇ ਖੁਸ਼ ਹੋਈ ਆ, ਕੋਈ ਖੁਸ਼ ਹੋਈ ਆ, ਕਹਿੰਦੀ ਧੀਏ ਡੀਜ਼ਲ ਇੱਕ ਵਾਰੀ ਪਾ ਲਓ ਅੱਗ ਦੇ ਉੱਤੇ, ਅਤੇ ਫਿਰ ਜਿਹੜਾ ਨਾ ਹੱਥ ਮੁਸ਼ਕਾਲੇ ਹੋ ਜਾਂਦੇ ਆ, ਅਤੇ ਛਾਪਰ ਨਾ ਵਾਹ ਵਾ ਅੱਗ ਜਲ ਜਾਂਦੀ, ਅਤੇ ਸੁੱਕੀਆਂ ਡਾਇਰੈਕਟ ਲੱਕੜੀਆਂ ਨੂੰ ਅੱਗ ਨਹੀਂ ਲੱਗਦੀ ਹੈਗੀ। ਬੰਗਲਾ ਇੱਕ ਮੇਰੇ ਕੋਲ ਫੜਿਆ ਜਾਵੇ ਤਾਂ ਮੈਂ ਨਾ ਖੇਲਾਂ ਫੜ ਕੇ, ਸੋਹਣੇ ਕਿੰਨੇ ਹੁੰਦੇ ਚਿੱਟੇ ਖਮੂਰ। ਮਾਸ਼ਾਅੱਲਾ ਜੀ ਮਾਸ਼ਾਅੱਲਾ, ਚਿੱਲਾ ਫਿੱਟ ਹੋ ਗਿਆ ਜੀ ਅਲਹਮਦੁਲਿਲਾ। ਇੱਧਰ ਨੂੰ ਦਮ ਆਇਆ ਕਰੂਗਾ, ਇੱਥੇ ਹੋਰ ਨਹੀਂ ਵਾ, ਹੋਰ ਨਹੀਂ ਵਾ, ਹੋ ਜਾ 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 ਇੱਥੇ ਨਿੱਕਾ ਜਾਲ ਕੇ ਦੇਖਾਂ। ਹਾਂਜੀ ਸਾਰੀ ਫੇਰ ਦਿੱਤੀ, ਹੋਏ ਨਿੱਕਾ ਵਿੱਚ ਕਾਟੇ ਮਾਰਦਾ, ਇਹ ਜਿਹੜਾ ਮੇਰਾ ਪਹਿਲਾ ਚੁੱਲ੍ਹਾ ਉਹਦੇ ਜਿੰਨਾ ਨਿੱਕੇ ਦਾ ਪ੍ਰੈਸ਼ਰ ਆ। ਮਾਸ਼ਾਅੱਲਾ ਸਾਰਾ ਵੀਰ ਫੇਰ ਫਿੱਟ ਕਰ ਗਿਆ ਵਾ ਇਹਦੇ। ਹੈ ਜੀ ਦਰਾਜ਼, ਚੁੱਲ੍ਹਾ ਜੀ ਮਾਸ਼ਾਅੱਲਾ ਫਿੱਟ ਹੋ ਗਿਆ, ਬਹੁਤ ਪਿਆਰਾ ਲੱਗਣ ਦਿਆ ਵਾ ਮਾਸ਼ਾਅੱਲਾ ਜੀ। ਇਹਦਾ ਵੀ ਬੜਾ ਜੀ ਐਵੇਂ ਕੱਟ ਕੇ ਜਲਾਈ ਦੀ ਆ, ਅਲੀ ਦੇ ਵਲੋਗ 'ਚ ਤੁਸੀਂ ਦੇਖ ਸਕਦੇ ਆ ਕਿਸ ਤਰ੍ਹਾਂ ਜਲਾਈ ਆ ਅਤੇ ਕਿਸ ਤਰ੍ਹਾਂ ਬਜਾਈ ਆ, ਅਤੇ ਸਟੈਂਡ ਵੀ ਲੇਕਿਨ ਸਫਾਈ ਹੁਣ ਅਸਰ ਦੀ ਅਜ਼ਾਨਾ ਹੋ ਗਈਆਂ, ਸਫਾਈ ਤਾਂ ਹੁਣ ਅਸੀਂ ਨਹੀਂ ਕਰ ਸਕਦੇ ਹੈਗੇ। ਇਹ ਜੀ ਮਾਸ਼ਾਅੱਲਾ ਫੈਨ ਲੁੱਕ ਨਹੀਂ ਹੈਗੀ, ਇਹ ਦੇਖੋ ਜੀ ਮਾਸ਼ਾਅੱਲਾ ਉੱਪਰੋਂ ਸਫਾਈ ਹੋਈ ਆ, ਪੈਪ ਸ਼ੈਪ ਸਾਰਾ ਕੁਛ ਪੈ ਗਿਆ ਵਾ, ਹਲੇ ਤਾਂ ਸਫਾਈ ਨਹੀਂ ਹੋਈ, ਸਫਾਈ ਹੁਣ ਹੋਣੀ ਜੀ ਸੁਬਹਾ, ਕਿਉਂਕਿ ਅਸਰ ਤੋਂ ਬਾਅਦ ਝਾੜੂ ਨਹੀਂ ਫੇਰੀਦਾ। ਇਹ ਦੇਖੋ ਅਲੀ ਦਾ ਜਿਹੜਾ ਦਿਲ ਕੀਤਾ ਮੇਰਾ ਸੂਟ ਕੱਟ ਕੱਟ ਕੇ, ਤਾਂ ਨਵਾਂ ਨਕੋਰ ਇਹਦੀ ਬਾਜ਼ੂ ਆਹ ਪਈ ਆ, ਸਲਵਾਰ ਇੱਕ ਆਹ ਪਈ ਆ, ਅੱਲਾ ਹੀ ਜਾਣੇ। ਇਹ ਜੀ ਕਾਕਾ ਸਾਗ ਦੇ ਕੇ ਗਿਆ ਵਾ ਮਾਸ਼ਾਅੱਲਾ, ਮੈਂ ਲਾਈਟਾਂ ਕੰਮ ਕਰਾਂ, ਸਟੈਂਡ ਵੀ ਬਹੁਤ ਪਿਆਰਾ ਵਾ, ਕਿਚਨ ਵੀ ਬਹੁਤ ਪਿਆਰਾ ਵਾ। ਇੱਥੇ ਜੀ ਅਸੀਂ ਇੱਕ ਦੋ ਲਾਈਟਾਂ ਚੱਲਦੀਆਂ ਰਿਹਾ ਕਰਨੀਆਂ, ਬਲੈਕ ਕਿਚਨ ਆ ਅਤੇ ਹਨੇਰਾ ਬਹੁਤ ਹੁੰਦਾ ਵਾ, ਇੱਕ ਬਾਹਰ ਧੁੱਪ ਨਹੀਂ ਨਿਕਲੀ ਹੋਈ। ਇਹ ਜੀ ਸਾਡਾ ਚੁੱਲ੍ਹਾ, ਚੁੱਲ੍ਹੇ 'ਤੇ ਮਿੱਟੀ ਨਹੀਂ ਪਈ, ਚੁੱਲ੍ਹਾ ਲੁਕੋ ਕੇ ਰੱਖਿਆ ਸੀ ਲੇਕਿਨ ਘੱਟ ਪਈ ਆ,
माशाला जी माशाला माशाला। दूरों एक बारी दिखा के ते असी खाने खाना बहुत प्यारा किचन है, लेकिन हले नीचे गंद बहुत है। नीचे मैं छापर चुक के जल्दी जल्दी अम्मा जी दी आई हाँ। अम्मा जी ने मैंने कहा अल्लाह पाक तेनों सत पुत्र देवे है जी। साग भाभी उन्होंने पकाया वा तो साग आया वा, ये मैं अपनी बाउल च कढ़ के पा लूँगी। मैंने पहले फरहान अली का मैसेज आया वा, ऐसा भी पता नहीं छापर वीर उतार गए कि नहीं उतारे, उतार गए वो नीचे पिया छापर। तो सफाइया हूँ सुबह होनी वा, असर तो बाद झाड़ू नहीं वे वडेरे कहते फेरी दे, तो इस करके फिर झाड़ू नहीं फेरना, कोठी भी धोनी आ, तो सुबह टाइम ना उठ के सफाई हो जूगी इंशाल्लाह। रोटी मैं पका के रखी, बस मैं नमाज़ पढ़ ली सी, अली पढ़न लगे आ भाई सजाद होने गए आ। मज़ेदार साग जी, रोटी खाने, रोटी मैं हट पट पका के रखी हुई है। ਤੁਸੀਂ ਖਾਣਾ ਟਾਈਮ ਨਾਲ ਖਾ ਲਿਆ ਵਾ, ਮੈਂ ਕੱਲ੍ਹ ਹੀ ਭਾਜੀ ਹੁਣਾਂ ਦੀ ਬਾਲਟੀ ਇੱਥੇ ਪਈ ਹੈ, ਚਲੋ ਭਾਜੀ ਹੁਣਾਂ ਦੀ ਨਾ ਬਾਲਟੀ ਦੇ ਕੇ ਆਈਏ। ਅਤੇ ਕਹਿੰਦੇ ਚਲੋ, ਮੈਂ ਕਿਹਾ ਸਫਾਈ ਤਾਂ ਉਹ ਜਿਹੜੀ ਹੋਣੀ ਨਹੀਂ ਹੈ, ਖਾਣਾ ਖਾ ਲਿਆ, ਬਰਤਨ ਧੋ ਲਏ, ਐਂ ਦੇਖ ਲਓ ਹਲੇ ਮਗਰਬ ਦੀ ਅਜ਼ਾਨ 'ਚ ਟਾਈਮ ਰਹਿੰਦਾ ਵਾ। ਅਤੇ ਸਿਲੰਡਰ ਤਾਂ ਇੱਧਰ ਉੱਧਰ ਲਾ ਲਿਆ ਵਾ, ਚਾਏ ਦੀਆਂ ਛਾਵਾਂ ਮੈਂ ਉੱਧਰ ਲੈ ਗਈਆਂ, ਚਾਏ ਸ਼ਾਮੀ ਉੱਧਰ ਹੀ ਬਣੇਗੀ ਅੱਲਾ ਖੈਰ ਕਰੇ। ਅਤੇ ਮੈਂ ਕਿਹਾ ਭਾਜੀ ਹੁਣਾਂ ਦੀ ਨਾ ਪਹਿਲਾਂ ਕੀ ਕਰਨਾ ਵਾ, ਪਹਿਲੇ ਤੀਜੇ ਨੰਬਰ ਵਾਲਾ ਬਟਨ, ਅੱਛਾ ਫਿਰ ਬਟਨ ਦਬਾ ਕੇ, ਅੱਛਾ ਫਿਰ ਆ ਕੇ ਤੇ ਇੰਜ ਹੈ ਇੰਜ, ਅੱਛਾ ਫਿਰ ਜਦੋਂ ਉਹਦਾ ਬੋਲ ਖੁੱਲ ਜਾਂਦੇ ਹੈ ਉਹ ਕਾਲੇ ਭਾਈ ਜੀ ਦੇ, ਤੇ ਫਿਰ ਜਿਹੜਾ ਉਹ ਜਿਹਦੇ ਤੇ ਪਕਾਉਣਾ ਹੋਏ ਉਹ ਖੋਲ, ਅੱਛਾ ਫਿਰ ਸਿਲੰਡਰ ਬਾਲਣਾ ਜੇ ਜਿੰਨੀ ਸਪੀਡ 'ਤੇ ਚੁੱਲ੍ਹਾ ਬਾਲਣਾ ਹੋਇਆ ਆਪਣੀ ਮਰਜ਼ੀ। ਮਸ਼ਤਾਕ ਕੋਤੇ ਕਰੋਲੇ ਅਤੇ ਪੱਠੇ ਲਾਦਣ ਡਿਆ ਵਾ, ਸੱਚੀ ਕੋਈ ਹੈ ਪੱਠੇ ਵੱਢਣੇ ਦਾ ਹਾਲ, ਕਿਵੇਂ ਬੰਦਾ ਇੰਨੀ ਠੰਡ 'ਚ ਪੱਠੇ ਵੱਢੇ। ਅਤੇ ਤਾਲਾ ਲਗਾਓ, ਆ ਜਾਓ ਭਾਅ ਜੀ ਉਹਨਾਂ ਨੂੰ ਬਾਲਟੀ ਦੇ ਆਈਏ, ਦੋ ਮਿੰਟ ਬਹਿ ਕੇ ਆਉਂਦੇ ਹਾਂ ਕੀ ਕਰਦੇ ਦੇਖਦੇ ਹਾਂ। ਅੱਛਾ ਜੀ ਅਸੀਂ ਭਾਅ ਜੀ ਨੂੰ ਮਿਲਣਾ ਹੈ, ਮੈਂ ਕਿਹਾ ਭਾਅ ਜੀ ਦੀ ਬਾਲਟੀ ਦੇਖ ਆਈਏ ਭਾਅ ਜੀ ਕੀ ਕਰਦੇ ਆ। ਅਸੀਂ ਜੀ ਆ ਕੇ ਆਉਂਦੇ ਹਾਂ ਸਾਰ ਚੁੱਲ੍ਹੇ 'ਚ ਅੱਗ ਬਾਲਦੀ ਸੀ, ਅਸੀਂ ਉਹ ਨਹੀਂ ਸੇਕੀ, ਅਸੀਂ ਹੀਟਰ ਚਲਾ ਕੇ ਬੈਠੇ ਹਾਂ, ਡਿਜੀਟਲ ਹੋ ਗਏ। ਭਾਅ ਜੀ ਨੇ ਹੀਟਰ ਲਿਆ, ਮਾਸ਼ਾਅੱਲਾ ਕੋਈ ਸੋਹਣਾ ਹੀਟਰ। ਭਾਅ ਜੀ ਕਿੰਨੇ ਦਾ ਲਿਆ ਇਹ? 6000 ਦਾ ਸਿਰਫ। ਅਰੇ ਆਪਾਂ ਵੀ ਲਾ ਲਈਏ, ਨਿੱਕੀ ਪੱਖੀ ਸੋਹਣੀ ਕਿੰਨੀ। ਹਾਲਾਤ ਬਣੇ ਨੇ ਨਾ ਇਹਦੇ ਵਿੱਚ ਭਾਜੀ, ਭਾਈ ਹੀਟਰ ਤੋਂ ਬਗੈਰ ਕੋਈ ਹਾਲ ਨਹੀਂ। ਤੇ ਅਗਲੇ ਇਹ ਅਗਲੇ ਦਿਨ ਅਗਲੇ ਜਿਹੜੇ ਦਿਨ ਆਉਂਦੇ ਨੇ ਪੇ ਦੇ ਵਿੱਚ ਆਉਂਦੇ ਨੇ ਜ਼ਿਆਦਾ ਸਰਦੀ ਪੈਣੀ ਭਾਜੀ, ਇਹਦੇ ਵਿੱਚ ਕੋਈ ਹਾਲਾਤ ਨਹੀਂ ਸੱਚੀ। ਅਸੀਂ ਤਾਂ ਫਿਰ ਰਾਤ ਨੂੰ ਲਾਈਵ ਸਟ੍ਰੀਮ ਵੀ ਕਰਨੀ ਹੁੰਦੀ ਤਾਂ ਭਾਜੀ ਬੈਠਿਆ ਨਹੀਂ ਜਾਂਦਾ ਉਹਦਾ ਤਾਂ। ਹਾਂਜੀ ਹਾਂ, ਉਦਾਂ ਨਹੀਂ ਬੈਠਿਆ ਜਾਂਦਾ। ਤੇ ਇਹ ਤਾਂ ਫਿਰ ਮਾਸ਼ਾਅੱਲਾ ਕਿਹਾ ਇਹਦੇ ਕਹਿਣੇ ਆ ਜੀ, ਆਰਾਮ ਨਾਲ ਆਪਣਾ ਇਸ ਤਰ੍ਹਾਂ। ਇਹ ਕਾ ਵੀ ਇੱਕ ਜਿਹੜਾ ਬੈੱਡ ਦੇ ਕੋਲ ਵੀ ਢੋ ਦੇ ਰੱਖੀ ਤੇ ਮੈਨੂੰ ਆਪ ਪਸੰਦ ਆ, ਮੈਨੂੰ ਆਪ ਪਸੰਦ ਆ। ਆਹ ਠੀਕ ਨੇ, ਆਹ ਠੀਕ ਆ, ਜਿੱਦਾਂ ਮਰਜ਼ੀ ਚੱਕ ਜਿੱਥੇ ਮਰਜ਼ੀ ਰੱਖੋ, ਉਹ ਤਾਂ ਟੇਬਲ ਤੇ ਤਾਂ ਫਿਰ ਮੋਬਾਈਲ ਵੀ ਰੱਖਣੇ ਹੁੰਦੇ। ਇਹਨੂੰ ਘੁਮਾਉਣਾ ਹੋਵੇ ਤਾਂ ਵੀ ਆਪਣਾ ਪੱਖੇ ਤਰ੍ਹਾਂ ਫਿਰਦਾ ਰਹੇ। ਆਹ ਨੀਚੇ ਬਟਨ ਲੱਗੇ ਹੋਏ ਆ, ਆਹ ਵੇਖਾਂ, ਹਾਂ ਆਹ ਦੇਖੋ ਭਾਜੀ ਤੇਜ਼ ਹੋਇਆ ਹੁਣ, ਆਹ ਵੇਖਣੀ ਮੈਨੂੰ ਚੱਕ ਪੈਂਦੀ, ਤੇਜ਼ ਵੀ ਹੋਇਆ ਜੇਠੋ। ਹਾਂ ਯਾਨੀ ਇਹ ਘੁੰਮਣ ਵਾਲਾ, ਘੁੰਮਣ ਵਾਲਾ ਤੇ ਤੇਜ਼ ਵੀ ਹੋਇਆ ਵਾਲੀ। ਚਲੋ ਚੈੱਕ ਕਰ ਲੈਂਦੇ ਹਾਂ, ਤੇਜ਼ ਹੋਇਆ ਵਾਲੀ, ਹੋਇਆ 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 ਤੇਜ਼ ਇਸ ਤਰ੍ਹਾਂ ਆਪਣਾ। ਫਿਰ ਮੈਂ ਕਰ ਲਓ ਤੇਨ ਤੇ ਭਾਜੀ, ਫਿਰ ਮੈਂ ਕਰ ਲਓ, ਤੁਸੀਂ ਵੀ ਬੈਠੇ, ਅਲੀ ਵੀ ਬੈਠੇ, ਪਾਣੀ ਚਾੜਿਆ ਬੈਠੇ ਹਾਂ। ਭਾਜੀ ਕੋ ਗੱਪ ਸ਼ੱਪ ਕੀਤੀ ਆ, ਭਾਬੀ ਨੇ ਚਾਹ ਬਣਾ ਲਿਆਂਦੀ, ਚਾਹ ਪੀਤੀ ਆ, ਹੁਣ ਬਸ ਰਹਿ ਗਏ ਜੀ 5 ਮਿੰਟ ਅਜ਼ਾਨ ਹੋਣੇ 'ਚ। 5:25 ਹੋਏ ਆ, 5:30 ਅਜ਼ਾਨ ਹੁੰਦੀ ਆ ਮਗਰਬ ਦੀ, ਨਮਾਜ਼ ਪੜ੍ਹਦੇ ਹਾਂ, ਧੁੰਦਾਂ ਨਾਲ ਸ਼ੁਰੂ ਹੋ ਵੀ ਗਈ ਆ। ਅਤੇ